ਇੱਕ ਛੋਟੀ ਜਿਹੀ ਪੱਥਰੀ ਦੇ ਪ੍ਰਸ਼ਨ ਪਿੱਛੇ ਉਹਨਾਂ ਦੀ ਜਾਨ ਚਲੇ ਗਈ ਸਰ। ਕਿੱਦਾਂ ਦੇ ਡਾਕਟਰ ਨੇ ਸਰ? ਆਪਰੇਸ਼ਨ ਤੋਂ ਬਾਅਦ ਇਹਨਾਂ ਦੀ ਦਰਦ ਹੋਈ ਆ, ਇਹਨਾਂ ਨੂੰ ਇੱਕ ਇੰਜੈਕਸ਼ਨ ਲਗਾ ਦਿੱਤਾ ਗਿਆ, ਨਾਲੇ ਮੈਡੀਸਿਨ ਮੂੰਹ 'ਚ ਪਾ ਦਿੱਤੀ। ਮੈਡੀਸਿਨ ਪਾ ਕੇ ਇਹਨਾਂ ਨੂੰ ਮਤਲਬ ਜਿੱਦਾਂ ਨੀਂਦ ਆ ਗਈ, ਇਹ ਉੱਦਾਂ ਸੋ ਗਏ। ਕਹਿ ਰਹੇ ਆ ਕਿ ਤੁਸੀਂ ਨਿਊਰੋ ਹੋਸਪਿਟਲ ਲੈ ਕੇ ਜਾਓ। ਅਗਰ ਸਰ ਉਹਨਾਂ ਨੂੰ ਪਤਾ ਕਿ ਇਹਨਾਂ ਨੂੰ ਇਹ ਦਿੱਕਤ ਹੈ ਤਾਂ ਉਹ ਇੱਥੇ ਡਾਕਟਰ ਨੂੰ ਬੁਲਾਉਣ, ਉਹ ਖੁਦ ਇੱਥੇ ਟ੍ਰੀਟਮੈਂਟ ਕਰਾ ਸਕਦੇ ਆ ਨਾ। ਉਹ ਸਾਨੂੰ ਕੋ ਕਹਿੰਦੇ ਆ ਕਿ ਤੁਸੀਂ ਆਪਣਾ ਪੇਸ਼ੈਂਟ ਲੈ ਕੇ ਇੱਥੇ ਜਾਓ, ਅਸੀਂ ਉਹਨਾਂ ਕੋ ਆਏ ਆ ਨਾ। ਐਕਚੁਅਲ ਕੰਡੀਸ਼ਨ ਪੇਸ਼ੈਂਟ ਵੈਂਟੀਲੇਟਰ ਦੇ ਉੱਤੇ ਆ, ਲਾਈਵ ਹੈਗਾ। ਉਹਨੂੰ ਅਨਸੈਸਰਲੀ 9 ਘੰਟੇ, ਆਪਾਂ 9.5 ਘੰਟੇ ਹੋ ਗਏ ਆ ਕਿ ਆਪਾਂ ਉਹਨੂੰ ਹਾਇਰ ਸੈਂਟਰ 'ਤੇ ਰੈਫਰ ਕਰਨਾ ਚਾਹੁੰਦੇ ਹਾਂ ਅਤੇ ਪਰਿਵਾਰ ਕਹਿ ਰਿਹਾ ਕਿ ਅਸੀਂ ਨਹੀਂ ਕਰਨਾ ਚਾਹੁੰਦੇ। ਇਹ ਬੀ ਪੀ ਹੈਗਾ ਪੇਸ਼ੈਂਟ ਦਾ, ਇਹ ਤੋਂ ਇਹ ਸੈਚੂਰੇਸ਼ਨ ਹੈਗੀ 99%, ਆਕਸੀਜਨ ਜਿਹੜੀ ਇਹਨਾਂ ਨੇ 99% ਹੈ, 140 ਵਾਰੀ ਹਾਰਟ ਰੇਟ ਚੱਲ ਰਿਹਾ, ਉੱਪਰ ਈ ਸੀ ਜੀ ਚੱਲ ਰਹੀ। ਇਹ ਤੋਂ ਵੱਧ ਮੈਂ ਹੋਰ ਕੀ ਐਗਜ਼ਾਮਪਲ ਦਾਂ ਕਿ ਪੇਸ਼ੈਂਟ ਲਾਈਵ ਹੈ ਕਿ ਨਹੀਂ। ਗੁਰਦਾਸਪੁਰ ਇਸ ਸਮੇਂ ਪੂਰਾ ਪੁਲਿਸ ਛਾਵਣੀ ਦੇ ਵਿੱਚ ਤਬਦੀਲ ਹੋਇਆ ਨਜ਼ਰ ਆ ਰਿਹਾ, ਔਰ ਗੁਰਦਾਸਪੁਰ ਦਾ ਮੇਨ ਹਾਈਵੇ ਨੂੰ ਜੋੜਨ ਵਾਲਾ ਰਸਤਾ ਇਸ ਸਮੇਂ ਬੰਦ ਹੈ। ਔਰ ਉਸਦਾ ਕੀ ਕਾਰਨ ਹੈ ਕਿ ਇੱਕ ਨਿੱਜੀ ਹਸਪਤਾਲ ਦੇ ਬਾਹਰ ਇੱਕ ਮਰੀਜ਼ ਦੇ ਰਿਸ਼ਤੇਦਾਰਾਂ ਵੱਲੋਂ ਹੰਗਾਮਾ ਕੀਤਾ ਜਾ ਰਿਹਾ, ਔਰ ਸਭ ਤੋਂ ਅਹਿਮ ਜਿਹੜੀ ਗੱਲ ਹੈ ਕਿ ਇਸ ਕਾਰਨ ਕੀ ਹੈ ਇਸ ਹੰਗਾਮੇ ਦਾ, ਔਰ ਨਿੱਜੀ ਹਸਪਤਾਲ ਦੇ ਬਾਹਰ ਜਿਸ ਤਰੀਕੇ ਨਾਲ ਇਹ ਸਾਰਾ ਹੰਗਾਮਾ ਹੋ ਰਿਹਾ, ਪਰਿਵਾਰਿਕ ਮੈਂਬਰ ਉੱਥੇ ਬੈਠੇ ਹੋਏ ਨੇ ਔਰ ਪੁਲਿਸ ਦੇ ਆਲਾ ਅਧਿਕਾਰੀ ਸਾਰੇ ਜਿਹੜੇ ਨੇ ਉਹ ਮੌਕੇ ਦੇ ਉੱਪਰ ਇੱਥੇ ਪਹੁੰਚੇ ਹੋਏ ਨੇ। ਸੋ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰ ਲਾਂਗੇ ਕਿ ਆਖਿਰ ਕੀ ਕਾਰਨ ਹੈ ਕਿ ਜਿਹੜਾ ਉਹਨਾਂ ਵੱਲੋਂ ਇਹ ਜਿਹੜਾ ਧਰਨਾ ਲਗਾਇਆ, ਕੀ ਜਿਹੜੇ ਆਰੋਪ ਹੈ ਉਹਨਾਂ ਵੱਲੋਂ ਜਿਹੜੇ ਹੈ ਲਗਾਏ ਜਾ ਰਹੇ। ਸੋ ਪਰਿਵਾਰਿਕ ਮੈਂਬਰਾਂ ਵੱਲੋਂ ਕੀ ਕਹਿਣਾ, ਪਰਿਵਾਰਿਕ ਮੈਂਬਰ ਇਸ ਸਮੇਂ ਰੋਡ ਦੇ ਉੱਪਰ ਨਿੱਜੀ ਹਸਪਤਾਲ ਦੇ ਬਾਹਰ ਬੈਠੇ ਨੇ। ਸੋ ਮੈਡਮ, ਤੁਹਾਡਾ ਕੀ ਰਿਲੇਸ਼ਨ ਸੀਗਾ ਜਿਹੜੇ ਪੇਸ਼ੈਂਟ? ਸਰ ਮੇਰੇ ਹਸਬੈਂਡ ਆ। ਸੋ ਕੀ ਗੱਲਬਾਤ ਹੋਈ ਹੈ ਜਿਹੜਾ ਤੁਹਾਨੂੰ ਇਸ ਸਮੇਂ ਜਿਹੜਾ ਰੋਡ ਤੇ ਬੈਠਣਾ ਪੈ ਰਿਹਾ? ਪਹਿਲੇ ਤੁਸੀਂ ਆਪਣਾ ਹੌਸਲਾ ਰੱਖੋ, ਕੀ ਹੋਏ ਕੀ ਸਾਰੀ ਗੱਲਬਾਤ? ਸਰ ਹੌਸਲੇ ਵਾਲੀ ਗੱਲ ਹੀ ਨਹੀਂ, ਤੇ ਹੌਸਲਾ ਕਿੱਦਾਂ ਰੱਖੀਏ ਸਰ? ਇੱਕ ਛੋਟੀ ਜਿਹੀ ਪੱਥਰੀ ਦੇ ਪ੍ਰਸ਼ਨ ਪਿੱਛੇ ਉਹਨਾਂ ਦੀ ਜਾਨ ਚਲੇ ਗਈ ਸਰ। ਕਿੱਦਾਂ ਦੇ ਡਾਕਟਰ ਨੇ ਸਰ? ਇੱਕ ਸਿਰ ਪੀੜ ਦੀ ਮੈਡੀਸਿਨ ਲੈਣ ਆਵਾਂਗੇ ਤੇ ਸਾਡੀ ਜਾਨ ਲੈ ਲੈਣਗੇ ਸਰ? ਅਗਰ ਇਹਨਾਂ ਨੂੰ ਨਹੀਂ ਸੀ ਪਤਾ, ਇਹ ਨਾ ਕਰਦੇ ਸਰ। ਪਹਿਲਾਂ ਇਹਨਾਂ ਨੇ ਸਾਨੂੰ 6 ਦਿਨ ਇਨਫੈਕਸ਼ਨ ਕਰਕੇ ਬਿਠਾ ਛੱਡਿਆ ਕਿ ਤੁਹਾਨੂੰ ਇਨਫੈਕਸ਼ਨ ਹੈ, ਇਨਫੈਕਸ਼ਨ ਹੈ। ਉਸ ਤੋਂ ਬਾਅਦ ਓਪਰੇਸ਼ਨ ਤੋਂ ਬਾਅਦ ਜਦੋਂ ਓਪਰੇਸ਼ਨ ਹੋਇਆ, ਓਪਰੇਸ਼ਨ ਕਰਕੇ ਆ ਬਿਲਕੁਲ ਠੀਕ ਹੈਗੇ ਆ, ਆਪਣੇ ਰੂਮ 'ਚ ਆਏ ਆ। ਓਪਰੇਸ਼ਨ ਤੋਂ ਬਾਅਦ ਇਹਨਾਂ ਦੀ ਦਰਦ ਹੋਈ ਆ, ਇਹਨਾਂ ਨੂੰ ਇੱਕ ਇੰਜੈਕਸ਼ਨ ਲਗਾ ਦਿੱਤਾ ਗਿਆ, ਨਾਲੇ ਮੈਡੀਸਿਨ ਮੂੰਹ 'ਚ ਪਾ ਦਿੱਤੀ। ਮੈਡੀਸਿਨ ਪਾ ਕੇ ਇਹਨਾਂ ਨੂੰ ਮਤਲਬ ਜਿੱਦਾਂ ਨੀਂਦ ਆ ਗਈ, ਇਹ ਉੱਦਾਂ ਸੋ ਗਏ। ਸੋਣ ਤੋਂ ਬਾਅਦ ਇਹਨਾਂ ਨੇ, ਮੈਂ ਉੱਪਰ ਰੂਮ 'ਚ ਚਲੀ ਗਈ ਹਾਂ ਕਿਉਂਕਿ ICU ਵਿੱਚ ਡਾਕਟਰ ਕਹਿੰਦੇ ਆ ਕਿ ਮਤਲਬ ਪੇਸ਼ੈਂਟ ਨੂੰ ਨਾਲ ਨਹੀਂ ਬਹਿਣ ਦੇਣਾ। 1 ਘੰਟੇ ਬਾਅਦ ਸਰ ਉੱਪਰ ਇਹਨਾਂ ਦਾ ਕੋਈ ਸਟਾਫ ਗਿਆ ਤੇ ਮੈਨੂੰ ਕਹਿੰਦੇ ਕਿ ਨੀਚੇ ਆਓ, ਤੁਹਾਡੇ ਹਸਬੈਂਡ ਠੀਕ ਨਹੀਂ ਆ। ਜਿੱਦਾਂ ਮੈਂ ਨੀਚੇ ਆਈ ਹਾਂ ਸਰ, ਉਹ ਕਹਿੰਦੇ ਉਹਨਾਂ ਦਾ ਹਾਰਟ ਨਹੀਂ ਕੰਮ ਕਰ ਰਿਹਾ, ਜਿੱਦਾਂ ਕਿ ਉਹਨਾਂ ਨੂੰ ਹਾਰਟ ਦੀ ਕੋਈ ਪ੍ਰੋਬਲਮ ਹੀ ਨਹੀਂ ਹੈ ਸਰ, ਨਾ ਕਦੀ ਉਹਨਾਂ ਦਾ VP ਹਾਈ ਹੋਇਆ, ਨਾ ਕਦੀ ਫੀਵਰ ਹੋਇਆ। ਕਿੰਨੇ ਦਿਨ ਪਹਿਲੇ ਤੁਸੀਂ ਪੇਸ਼ੈਂਟ ਨੂੰ ਇੱਥੇ ਹਸਪੀਟਲ? 6 ਦਿਨ ਤੋਂ ਇੱਥੇ ਆਏ ਆ। ਸਿਰਫ 6 ਦਿਨ ਤੋਂ ਟ੍ਰੀਟਮੈਂਟ ਚੱਲ ਰਿਹਾ ਸੀ? ਹਾਂਜੀ, ਇਨਫੈਕਸ਼ਨ ਦਾ ਚੱਲ ਰਿਹਾ ਸੀ ਸਰ ਸਾਡਾ ਟ੍ਰੀਟਮੈਂਟ। ਉਸ ਤੋਂ ਬਾਅਦ ਕਹਿਣ ਲੱਗੇ ਉਹਨਾਂ ਨੂੰ ਦੌਰਾ ਪਿਆ, ਉਹਨਾਂ ਦੇ ਬ੍ਰੇਨ ਵਿੱਚ ਕਲੋਟਸ ਬਣ ਗਿਆ, ਜਿੱਦਾਂ ਕਿ ਇਦਾਂ ਦੀ ਕੋਈ ਗੱਲਬਾਤ ਹੀ ਹੈ ਨਹੀਂ ਸਰ। ਸੋ ਪਰਿਵਾਰ 'ਚ ਹੋਰ ਕੌਣ-ਕੌਣ ਹੈ ਇਸ ਸਮੇਂ ਜਿਹੜਾ? ਮੇਰੇ ਮਦਰ ਆ, ਮੇਰੀ ਦੀਦੀਆਂ ਦੋਨੋਂ, ਮੇਰੇ 2 ਬੱਚੇ ਆ ਛੋਟੇ ਸਰ। ਡਾਕਟਰਸ ਵੱਲੋਂ ਤੁਹਾਨੂੰ ਕੀ ਇਸ ਸਮੇਂ ਜਿਹੜਾ ਕਿਹਾ ਗਿਆ? ਸਰ ਮੈਂ ਤੁਹਾਨੂੰ ਕੁਛ ਨਹੀਂ ਕਹਿ ਸਕਦੀ। ਉਹ ਕਹਿ ਰਹੇ ਆ ਕਿ ਤੁਸੀਂ ਨਿਊਰੋ ਹੋਸਪਿਟਲ ਲੈ ਕੇ ਜਾਓ। ਅਗਰ ਸਰ ਉਹਨਾਂ ਨੂੰ ਪਤਾ ਕਿ ਇਹਨਾਂ ਨੂੰ ਇਹ ਦਿੱਕਤ ਹੈ ਤਾਂ ਉਹ ਇੱਥੇ ਡਾਕਟਰ ਨੂੰ ਬੁਲਾਉਣ, ਉਹ ਖੁਦ ਇੱਥੇ ਟ੍ਰੀਟਮੈਂਟ ਕਰਾ ਸਕਦੇ ਆ ਨਾ। ਉਹ ਸਾਨੂੰ ਕੋ ਕਹਿੰਦੇ ਆ ਕਿ ਤੁਸੀਂ ਆਪਣਾ ਪੇਸ਼ੈਂਟ ਲੈ ਕੇ ਇੱਥੇ ਜਾਓ, ਅਸੀਂ ਉਹਨਾਂ ਕੋ ਆਏ ਆ ਨਾ। ਇੱਕ ਸਾਡਾ ਪੇਸ਼ੈਂਟ ਖਰਾਬ ਕੀਤਾ, ਇੱਕ ਸਾਨੂੰ ਕਹਿ ਰਹੇ ਕਿ ਉੱਥੇ ਜਾਓ। ਜੇ ਲੈ ਜਾਓਗੇ ਤਾਂ ਸਾਡਾ ਕੀ ਲਿਖ ਕੇ ਦਿਓ, ਕੀ ਲਿਖ ਕੇ ਦਈਏ? ਸੋ ਫਿਲਹਾਲ ਪਰਿਵਾਰਿਕ ਮੈਂਬਰ ਜਿਹੜੇ ਨੇ ਇਸ ਸਮੇਂ ਇਸ ਗੱਲ ਦਾ ਨਿੱਜੀ ਹਸਪਤਾਲ ਦੇ ਉੱਪਰ ਆਰੋਪ ਲਗਾ ਰਹੇ ਨੇ ਕਿ ਉਹਨਾਂ ਵੱਲੋਂ ਜਿਹੜਾ ਟ੍ਰੀਟਮੈਂਟ ਹੈ ਉਹ ਪੂਰਾ ਜਿਹੜਾ ਨਹੀਂ ਦਿੱਤਾ ਜਾ ਰਿਹਾ। ਔਰ ਆਖਿਰਕਾਰ ਇਸ ਤੋਂ ਬਾਅਦ ਜਿਹੜਾ ਹਸਪਤਾਲ ਦੇ ਡਾਕਟਰਸ ਨੇ ਉਹਨਾਂ ਦਾ ਕੀ ਕਹਿਣਾ, ਉਹਨਾਂ ਦੀ ਵੀ ਰਾਏ ਲਵਾਂਗੇ ਕਿ ਆਖਿਰ
ਇਹ ਜਿਹੜਾ ਧਰਨਾ ਲੱਗਣ ਦਾ ਸਭ ਤੋਂ ਵੱਡਾ ਕਾਰਨ ਕੀ ਹੈ ਔਰ ਕੀ ਜਿਹੜਾ ਮੇਨ ਪ੍ਰਮੁੱਖ ਜਿਹੜਾ ਕਾਰਨ ਹੈ, ਬਾਕੀ ਜਿਹੜੀ ਹੋਸਪਿਟਲ ਦੇ ਜਿਹੜੇ ਡਾਕਟਰ ਹੈ ਉਹਨਾਂ ਕੋਲੋਂ ਵੀ ਜਾਂਦੇ ਹਨ। ਇਸ ਵਕਤ ਨਿੱਜੀ ਹੋਸਪਿਟਲ ਦੇ ਬਾਹਰ ਜਿਹੜਾ ਹੰਗਾਮਾ ਹੋ ਰਿਹਾ ਸੀ ਉਸ ਨੂੰ ਲੈ ਕੇ ਡਾਕਟਰ ਦਾ ਕੀ ਕਹਿਣਾ, ਉਸ ਬਾਰੇ ਸਾਰੀ ਜਾਣਕਾਰੀ ਲੈਣੀ ਹੈ। ਡਾਕਟਰ ਸਾਹਿਬ, ਹੋਸਪਿਟਲ ਦੇ ਬਾਹਰ ਕਾਫੀ ਜ਼ਿਆਦਾ ਹੰਗਾਮਾ ਪਰਿਵਾਰਕ ਮੈਂਬਰਾਂ ਵੱਲੋਂ ਕੀਤਾ ਜਾ ਰਿਹਾ, ਕੀ ਮਸਲਾ ਹੈ ਔਰ ਐਕਚੁਅਲ ਕੰਡੀਸ਼ਨ ਕੀ ਹੈ ਪੇਸ਼ੈਂਟ ਦੀ? ਐਕਚੁਅਲ ਕੰਡੀਸ਼ਨ ਪੇਸ਼ੈਂਟ ਵੈਂਟੀਲੇਟਰ ਦੇ ਉੱਤੇ ਹੈ, ਲਾਈਵ ਹੈਗਾ ਉਹਨੂੰ ਅਨਸੈਸਰਲੀ 9 ਘੰਟੇ ਆਪਾਂ 9.5 ਘੰਟੇ ਹੋ ਗਏ ਆ ਕਿ ਆਪਾਂ ਉਹਨੂੰ ਹਾਇਰ ਸੈਂਟਰ 'ਤੇ ਰੈਫਰ ਕਰਨਾ ਚਾਹੁੰਦੇ ਹਾਂ ਅਤੇ ਪਰਿਵਾਰ ਕਹਿ ਰਿਹਾ ਕਿ ਅਸੀਂ ਨਹੀਂ ਕਰਨਾ ਚਾਹੁੰਦੇ। ਅਨਸੈਸਰਲੀ ਡਿਲੇ ਆ, ਇਹਦੇ ਲਈ ਜ਼ਿੰਮੇਵਾਰੀ ਪਰਿਵਾਰ ਨੂੰ ਲੈਣੀ ਚਾਹੀਦੀ ਆ ਜਾਂ ਜਿਹੜੇ ਬਾਹਰ ਧਰਨੇ 'ਤੇ ਵੀਰ ਬੈਠੇ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ। ਮੈਂ ਇਹ ਗੱਲ ਜ਼ਰੂਰ ਦੱਸਣੀ ਚਾਹਾਂਗਾ, ਐਂਬੂਲੈਂਸ ਅੰਦਰ ਨਹੀਂ ਆਉਂਦੇ ਰਹੇ, ਬਾਕੀ ਪੇਸ਼ੈਂਟ ਜਿਹੜੇ ਆ ਹੋਰ ਸਿੱਖ ਪੇਸ਼ੈਂਟ ਨੇ ਜੇ ਉਹਨਾਂ ਨੂੰ ਕੁਛ ਹੁੰਦਾ ਹੈ ਉਹਨਾਂ ਨੂੰ ਅੰਦਰ ਨਹੀਂ ਆ ਰਹੇ, ਬਾਹਰੋਂ ਲੋਕਾਂ ਨੂੰ ਅੰਦਰ ਨਹੀਂ ਆਉਂਦੇ ਰਹੇ। ਸੋ ਪੇਸ਼ੈਂਟ ਪਰਿਵਾਰਕ ਮੈਂਬਰਾਂ ਦਾ ਇਹ ਆਰੋਪ ਹੈ ਕਿ ਪੇਸ਼ੈਂਟ ਦੀ ਡੈਥ ਹੋ ਚੁੱਕੀ ਹੈ ਔਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਕੰਡੀਸ਼ਨ ਹਾਲੇ ਪੇਸ਼ੈਂਟ ਦੀ ਠੀਕ ਹੈ, ਪਰ ਜਿਹੜਾ ਹੁਣ ਧਰਨਾ ਲੱਗਿਆ ਤੁਹਾਡੇ ਵੱਲੋਂ ਕੋਈ ਗੱਲਬਾਤ ਉਹਨਾਂ ਨਾਲ ਕੀਤੀ ਗਈ ਹੈ ਪਰਿਵਾਰਕ ਮੈਂਬਰਾਂ ਦੇ ਨਾਲ? ਅਸੀਂ ਤਾਂ ਉਹਨਾਂ ਨੂੰ ਇਹੋ ਹੀ ਦੱਸਿਆ ਕਿ ਇਹਨੂੰ ਨਿਊਰੋਲੋਜੀਕਲ ਪ੍ਰੋਬਲਮ ਆ, ਨਿਊਰੋ ਸੈਂਟਰ ਦੇ ਉੱਤੇ ਇਹਨੂੰ ਸ਼ਿਫਟ ਕਰਨਾ ਚਾਹੀਦਾ ਹੈ। ਪਰਿਵਾਰ ਜੇ ਹੁਣ ਨਹੀਂ ਲੈ ਕੇ ਜਾ ਰਿਹਾ ਉਹਦੇ ਲਈ ਮੈਂ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਬਾਹਰ ਕੱਢ ਸਕਦਾ ਪੇਸ਼ੈਂਟ। ਕਿੰਨੇ ਦਿਨ ਪਹਿਲੇ ਤੁਹਾਡੇ ਕੋਲ ਪੇਸ਼ੈਂਟ ਜਿਹੜਾ ਐਡਮਿਟ ਹੋਇਆ ਸੀ? ਪੇਸ਼ੈਂਟ 5 ਦਿਨ ਪਹਿਲਾਂ ਹੋਇਆ ਸੀਗਾ। ਪਹਿਲਾਂ ਉਹਦੇ ਕਾਫੀ ਇਨਫੈਕਸ਼ਨ ਸੀਗੀ, ਹਾਈਡਰੋਨੋਫਰੋਸਿਸ ਸੀਗੀ, ਕਿਡਨੀ ਦੇ ਵਿੱਚ ਸਟੋਨ ਫਸੇ ਹੋਏ ਸੀ। ਸੋ ਤੁਹਾਡੇ ਮੁਤਾਬਿਕ ਹੁਣ ਪੇਸ਼ੈਂਟ ਦੀ ਕੰਡੀਸ਼ਨ ਕੀ ਹੈ? ਇਸ ਵੇਲੇ ਪੇਸ਼ੈਂਟ ਦੀ ਕੰਡੀਸ਼ਨ ਗੰਭੀਰ ਹੈ, ਵੈਂਟੀਲੇਟਰ ਦੇ ਉੱਤੇ ਹੈਗੀ ਹੈ। ਉਹਨੂੰ ਹਦਰੰਗ ਦਾ ਦੌਰਾ ਆਇਆ ਜੋ ਕਿ ਸੀਟੀ ਦੀ ਰਿਪੋਰਟ ਤੋਂ ਵੀ ਕਲੀਅਰ ਹੁੰਦਾ ਹੈ ਅਤੇ ਉਹਦਾ ਹੌਲੀ ਹੌਲੀ ਇਲਾਜ ਹੁੰਦਾ। ਹਦਰੰਗ ਦਾ ਟ੍ਰੀਟਮੈਂਟ ਤੁਹਾਡੇ ਕੋਲ ਉੱਥੇ ਅਵੇਲੇਬਲ ਹੈ ਜਾਂ ਫਰਦਰ ਇਸਨੂੰ ਰੈਫਰ ਕਰ ਰਹੇ? ਇਹ ਟਰਸ਼ਰੀ ਕੇਅਰ ਸੈਂਟਰ 'ਤੇ ਅਵੇਲੇਬਲ ਹੁੰਦਾ, ਇਸੇ ਕਰਕੇ ਮੈਂ ਇਹਨਾਂ ਨੂੰ ਟਰਸ਼ਰੀ ਕੇਅਰ ਸੈਂਟਰ 'ਤੇ ਭੇਜਣਾ ਚਾਹੁੰਦਾ। ਸੋ ਇਹ ਜਿਸ ਤਰੀਕੇ ਦੇ ਨਾਲ ਨਿੱਜੀ ਹੋਸਪਿਟਲ ਦੇ ਬਾਹਰ ਜਿਹੜਾ ਸਾਰਾ ਹੰਗਾਮਾ ਹੋਇਆ ਸੀਗਾ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਆਰੋਪ ਸੀਗੇ ਕਿ ਪੇਸ਼ੈਂਟ ਦੀ ਡੈਥ ਹੋ ਚੁੱਕੀ ਹੈ, ਪਰ ਡਾਕਟਰ ਦਾ ਇਹ ਕਹਿਣਾ ਹੈ ਕਿ ਪੇਸ਼ੈਂਟ ਹਾਲੇ ਬਿਲਕੁਲ ਠੀਕ ਹੈ ਔਰ ਫਿਲਹਾਲ ਜਿਹੜਾ ਫਰਦਰ ਟ੍ਰੀਟਮੈਂਟ ਲਈ ਅੱਗੇ ਜਿਹੜਾ ਇਹਨਾਂ ਨੂੰ ਰੈਫਰ ਵੀ ਜ਼ਰੂਰ ਕੀਤਾ ਜਾਣਾ। ਪਰ ਇੱਕ ਵਾਰ ਤੁਹਾਨੂੰ ਕੰਡੀਸ਼ਨ ਵੀ ਦਿਖਾ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਟ੍ਰੀਟਮੈਂਟ ਹਾਲੇ ਪੇਸ਼ੈਂਟ ਦਾ ਜਿਹੜਾ ਚੱਲ ਰਿਹਾ ਔਰ ਕੁਛ ਜਾਣਨ ਦੀ ਕੋਸ਼ਿਸ਼ ਕਰਨੇ। ਡਾਕਟਰ ਸਾਹਿਬ ਥੋੜ੍ਹਾ ਇਸ ਬਾਰੇ ਦੱਸ ਦਿਓ ਵੀ ਇਹ BP ਹੈਗਾ ਪੇਸ਼ੈਂਟ ਦਾ, ਇਹ ਤੋਂ ਸੈਚੂਰੇਸ਼ਨ ਹੈਗੀ 99%, ਆਕਸੀਜਨ ਜਿਹੜੀ 99% ਹੈ, 140 ਵਾਰੀ ਹਾਰਟ ਰੇਟ ਚੱਲ ਰਿਹਾ, ਉੱਪਰ ECG ਚੱਲ ਰਹੀ। ਇਹ ਤੋਂ ਵੱਧ ਮੈਂ ਹੋਰ ਕੀ ਐਗਜ਼ਾਮਪਲ ਦਾਂ ਕਿ ਪੇਸ਼ੈਂਟ ਲਾਈਵ ਹੈ ਕਿ ਨਹੀਂ? ਸੋ ਇਹ ਐਕਚੁਅਲ ਕੰਡੀਸ਼ਨ ਜਿਹੜੀ ਪੇਸ਼ੈਂਟ ਦੀ ਹੈ, ਪਰ ਫਿਲਹਾਲ ਬਾਹਰ ਜਥੇਬੰਦੀਆਂ ਵੱਲੋਂ ਔਰ ਪਰਿਵਾਰਕ ਮੈਂਬਰਾਂ ਵੱਲੋਂ ਹੋਸਪਿਟਲ ਦੇ ਬਾਹਰ ਜਿਹੜਾ ਧਰਨਾ ਵੀ ਲਗਾਇਆ ਗਿਆ। ਸੋ ਇਹ ਹੁਣ ਕੁਝ ਸਮੇਂ ਦੇ ਬਾਅਦ ਦੇਖਣਾ ਹੋਵੇਗਾ ਕਿ ਕੀ ਜਿਹੜੀ ਸਹਿਮਤੀ ਬਣਦੀ ਹੈ ਦੋਨਾਂ ਦੀ ਔਰ ਪੇਸ਼ੈਂਟ ਦੀ ਕੰਡੀਸ਼ਨ ਨੂੰ ਦੇਖਦੇ ਹੋਏ ਡਾਕਟਰ ਵੱਲੋਂ ਉਹਨਾਂ ਨੂੰ ਰੈਫਰ ਕਰਨ ਦੀ ਜਿਹੜੀ ਸਲਾਹ ਜਿਹੜੀ ਹੈ ਉਹ ਦਿੱਤੀ ਗਈ ਹੈ।